ਬੋਰਵੈਲ ਵਿੱਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਕਿਸੇ ਨੇ ਸਕੂਟਰ ਚੋਰੀ ਕਰ ਲਿਆ। ਜੀ ਹਾਂ, ਗੁਰਿੰਦਰ ਸਿੰਘ ਨੇ ਇਸ ਦੀ ਸੂਚਨਾ ਖੁਦ ਦਿੱਤੀ ਹੈ। ਗੁਰਿੰਦਰ ਸਮਰਸੀਬਲ ਮੋਟਰਾਂ ਦਾ ਕੰਮ ਕਰਦਾ ਅਤੇ ਉਸਦਾ ਸਾਰਾ ਸਮਾਨ ਵੀ ਉਸੇ ਸਕੂਟਰ ਵਿੱਚ ਸੀ। ਗੁਰਿੰਦਰ ਨੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਉਸਦਾ ਸਕੂਟਰ ਮੋੜ ਦਿੱਤਾ ਜਾਵੇ। ਗੁਰਿੰਦਰ ਮੁਤਾਬਕ ਜਦੋਂ ਉਹ ਫਤਿਹਵੀਰ ਨੂੰ ਬਚਾਉਣ ਲਈ ਕੰਮ ਵਿੱਚ ਲੱਗਾ ਹੋਇਆ ਸੀ ਤਾਂ ਕੋਈ ਉਸਦਾ ਸਕੂਟਰ ਚੋਰੀ ਕਰਕੇ ਲੈ ਗਿਆ। ਉਸਦਾ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਸੀ ਅਤੇ ਉਸਦਾ ਸਾਰਾ ਸਮਾਨ ਸਕੂਟਰ ਵਿੱਚ ਹੀ ਸੀ। ਦੱਸ ਦਈਏ ਕਿ ਗੁਰਿੰਦਰ ਸਿੰਘ ਨੇ ਹੀ ਕੁੰਡੀ ਬਣਾ ਕੇ ਫਤਿਹਵੀਰ ਨੂੰ ਬਾਹਰ ਕੱਢਿਆ ਸੀ। ਤੁਸੀਂ ਵੀ ਸੁਣੋ ਸਕੂਟਰ ਚੋਰੀ ਹੋਣ ਤੋਂ ਬਾਅਦ ਪਰੇਸ਼ਾਨ ਗੁਰਿੰਦਰ ਸਿੰਘ ਦੀ ਲੋਕਾਂ ਨੂੰ ਅਪੀਲ। ਚਾਰ ਪੰਜ ਦਿਨਾਂ ਤੋਂ ਭਗਵਾਨਪੁਰੇ ਗਿਆ ਰੋ ਗਿਆ ਹੋਇਆ ਸੀਗਾ, ਉੱਥੇ ਮੇਰਾ ਜਿਹਦੇ ਵਿੱਚ ਮੇਰਾ ਮੋਟਰ ਕੱਢਣ ਵਾਲਾ ਸਮਾਨ ਸੀ, ਨੰਬਰ ਆ ਵੀਰੇ ਮੇਰੇ ਸਟੋਕ ਸਕੂਟਰ ਸੀਗਾ, ਉਹ ਮੈਨੂੰ ਮਿਲਿਆ ਨਹੀਂ ਹੈਗਾ। ਰੁਜ਼ਗਾਰ ਆ ਜਿਹਦੇ ਵਿੱਚ ਮੇਰਾ ਮੋਟਰ ਕੱਢਣ ਵਾਲਾ ਸਮਾਨ ਪਿਆ, ਤਾਂ ਮੈਂ ਬੇਨਤੀ ਕਰਦਾ ਜਿਸ ਕੋਲ ਹੈਗਾ ਤਾਂ ਉਹ ਪਲੀਜ਼ ਮੇਰੇ ਨਾਲ ਕੰਟੈਕਟ ਕਰਕੇ, ਮੇਰਾ ਨੰਬਰ 76-9694-17, ਤਾਂ ਪਲੀਜ਼ ਉਹ ਕਿਰਪਾ ਕਰਕੇ ਮੈਨੂੰ ਫੜਾ ਕੇ ਜਾਵੇ। ਉਸ ਤੋਂ ਬਿਨਾਂ ਮੈਨੂੰ ਕੰਮ ਕਰਨਾ ਮੇਰੇ ਬਹੁਤ ਔਖਾ ਹੈਗਾ। ਮੇਰੀ ਬੇਨਤੀ ਆ ਵੀਰੇ, ਉਸ ਸਕੂਟਰ ਦੀ ਮੈਨੂੰ ਬਹੁਤ ਲੋੜ ਆ ਗਈ, ਕਿਉਂਕਿ ਹੁਣ ਮੇਰੇ ਅੱਗੇ ਰੁਜ਼ਗਾਰ ਆ, ਮੈਂ ਮੋਟਰ ਨਹੀਂ ਤਾਂ ਕੱਢਦਾ ਗਾ, ਹਾਂ ਤਾਂ ਮੈਨੂੰ ਜਾਣਾ ਪੈਂਦਾ। ਅਤੇ ਇੱਕੋ ਇੱਕ ਮੇਰੇ ਲਵੇ ਉਹ ਸਾਧਨ ਹੈਗਾ ਜਿਹਦੇ ਕਰਕੇ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਆ ਵੀਰੇ ਹੁਣ ਜਾਣ ਆਉਣ 'ਚ। ਵੀਰੇ ਮੇਰੇ ਇੱਕ ਬੇਨਤੀ ਹੋਇਆ ਸਰ ਜੀ, ਮੇਰਾ ਸਕੂਟਰ ਮੋੜ ਜਾਓ, ਮੈਨੂੰ ਕੰਮ ਕਰਨਾ ਬਹੁਤ ਔਖਾ ਉਹਦੇ ਬਿਨਾਂ, ਮੋਟਰਸਾਈਕਲ ਮੰਗ ਕੇ ਲੈ ਕੇ ਆਇਆ। ਬਸ ਇੱਕ ਬੇਨਤੀ ਹੈ ਵੀਰੇ, ਹੱਥ ਮੰਨ ਕੇ ਵੀ ਮੇਰਾ ਸਕੂਟਰ ਦੇ ਜਾਓ। ਨੰਬਰ ਮੈਂ ਤੁਹਾਨੂੰ ਦੱਸਤਾ, 76-9694-17 ਮੇਰਾ ਨੰਬਰ ਆ, ਵੀਰ ਬਣ ਕੇ ਮੇਰੇ ਨਾਲ ਗੱਲਬਾਤ ਕਰਕੇ ਸਕੂਟਰ ਜਲਦੀ ਪਹੁੰਚਦਾ ਕਰ ਦਿਓ। ਇੱਕ ਬੇਨਤੀ ਹੋਇਆ ਵੀਰ ਜੀ, ਨਾਲੇ ਵੀਰ ਮੈਂ ਇੱਕ ਫਤਿਹਵੀਰ ਦੇ ਦੁੱਖ ਲਈ ਬਹੁਤ ਵੀ ਦੁੱਖ ਹੋ ਰਿਹਾ ਹੈਗਾ। ਕਈ ਲੋਕ ਨਾ ਵੀਡੀਓਆਂ ਫੋਟੀਆਂ ਪਾ ਕੇ ਅਫਵਾਹਾਂ ਫੈਲਾਈ ਜਾਂਦੇ ਨੇ ਕਿ ਵੀ ਉਹ ਕੁੰਡੀਆਂ ਮਾਰ ਕੇ ਪਾੜਦਾ ਜਾਂ ਕੁੰਡੀਆਂ ਮਾਰ ਕੇ ਕੱਢਿਆ ਹੈਗਾ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਬਕਾਇਦਾ ਸੀਸੀਟੀਵੀ ਕੈਮਰਾ ਨਹੀਂ, ਸਾਰਾ ਕੰਮ ਹੋਇਆ, ਸਾਰੀ ਰਿਕਾਰਡਿੰਗ ਬਣੀ ਹੈਗੀ। ਤੁਸੀਂ ਦੇਖ ਲਓ ਜਿਹੜੀਆਂ ਕੁੰਡੀਆਂ ਪਾਈਆਂ ਨੇ ਉਹ ਬਿਲਕੁਲ ਹੀ ਫਤਿਹਵੀਰ ਦੇ ਸਰੀਰ ਦੇ ਨਾਲ ਟੱਚ ਤੱਕ ਵੀ ਨਹੀਂ ਹੋਈਆਂ ਹੈਗੀਆਂ, ਅਤੇ ਉਹਨੂੰ ਇੰਜਰਡ ਕਰਨ ਦੀ ਤਾਂ ਬਹੁਤ ਦੁੱਖ ਦੀ ਗੱਲ ਹੈ। ਉਹ ਕੁੰਡੀ ਇਹੋ ਜਿਹੇ ਹਿਸਾਬ ਨਾਲ ਟਿੱਕੀ ਜ਼ਰੂਰ ਬਣੀ ਆ, ਪਰ ਉਹ ਇਹੋ ਜਿਹੇ ਹਿਸਾਬ ਨਾਲ ਬਣਾਈ ਗਈ ਸੀ ਵੀ ਉਹ ਫਤਿਹਵੀਰ ਦੇ ਬਿਲਕੁਲ ਹੀ ਕਿਸੇ ਮਾਸ ਨੂੰ ਟੱਚ ਨਾ ਕਰੇ। ਉਹ ਜਿੰਨਾ ਚਾਹੇ ਉਹਨੂੰ ਜਿੰਨਾ ਮਰਜ਼ੀ ਮਾਸ ਦੇ ਉੱਪਰ ਰੱਖ ਕੇ ਘੁਮਾ ਲਓ, ਉਹ ਮਾਸ ਦੇ ਵਿੱਚ ਨਹੀਂ ਵੜੂਗੀ। ਉਹ ਕੁੰਡੀ ਇਸ ਲੋਟ ਬਣਾਈ ਗਈ ਸੀ। ਕਈ ਲੋਕ ਵੀਰ ਮੇਰੇ ਆਪਦਾ ਕ੍ਰੈਡਿਟ ਲੈਣ ਨੂੰ ਵੀਡੀਓਆਂ ਚੱਕ ਕੇ ਉਹ ਕੁੰਡੀਆਂ ਮੂਹਰੇ ਧਰ ਕੇ ਵੀਡੀਓ ਪਾ ਰਹੇ ਨੇ ਵੀ ਪਤਾ ਨਹੀਂ ਇਹ ਕੁੰਡੀ ਨਾਲ ਪਾੜਤਾ ਜਾਵੇ, ਇਹ ਕੁੰਡੀ ਫਸਾ ਕੇ ਕੱਢੀ ਆ। ਉਹ ਕੁੰਡੀ ਨਾਲ ਸਿਰਫ ਉਹਦੇ ਆਲੇ ਦੁਆਲੇ ਇੱਕ ਬੋਰੀ ਕੱਢੀ ਗਈ ਆ, ਨਾ ਕਿ ਉਹਦੇ ਸਰੀਰ ਦੇ ਵਿੱਚ ਕਿਤੇ ਵੀ ਫਸਾਈ ਗਈ ਆ ਕੁੰਡੀ। ਜਦੋਂ ਬੋਰੀ ਨਿਕਲ ਗਈ, ਫਤਿਹਵੀਰ ਇੱਕ ਨੋਰਮਲ ਤੌਰ 'ਤੇ ਫ੍ਰੀ ਹੋ ਗਿਆ, ਕਿਉਂਕਿ ਉਹ ਇੱਕ ਡਾਟ ਬਣੀ ਪਈ ਤੀ ਉਹਦੇ ਵਿੱਚ ਉਹ ਬੋਰੀਆਂ ਦੀ, ਅਤੇ ਨਾਲ ਇੱਕ ਬਕਾਇਦਾ ਰੱਸੀ ਗਿਰੀ ਹੋਈ ਤੀ ਜਿਹਦੇ ਕਰਕੇ ਫਤਿਹਵੀਰ ਘੁੱਟਿਆ ਪਿਆ ਸੀਗਾ। ਅਤੇ ਉਹ ਰੱਸੀ ਕੱਢੀ ਹੈਗੀ, ਇੱਕ ਉਹ ਬੋਰੀ ਕੱਢੀ ਆ, ਉਹ ਬੋਰੀ ਲੋਕਾਂ ਦੇ ਸਾਹਮਣੇ ਧਿਆਨ ਨਹੀਂ ਲਿਆ ਤਾਂ ਨਹੀਂ ਲਿਆਤੀ ਗਈ, ਕਿਉਂਕਿ ਉਹਦੇ ਵਿੱਚ ਵੀਰੇ ਬਦਬੂ ਇੰਨੀ ਮਾਰ ਰਹੀ ਸੀਗੀ ਵੀ ਜਦੋਂ ਮੈਂ ਕੱਢੀ ਹੱਥ ਪਾਇਆ ਤਾਂ ਉਹਦੀ ਮੈਨੂੰ ਉਲਟੀਆਂ ਲੱਗ ਜਾਂਦੀਆਂ, ਜਿਹਦੇ ਕਰਕੇ ਜਦੋਂ ਫਤਿਹਵੀਰ ਕੱਢਿਆ ਮੈਂ ਸਾਹਮਣੇ ਨਹੀਂ ਆ ਸਕਿਆ, ਮੈਂ ਉੱਧਰ ਰੈਸਟ 'ਤੇ ਡਾਕਟਰਾਂ ਨੇ ਭੇਜਤਾ ਸੀਗਾ, ਮੈਂ ਉਦੋਂ ਇੱਕ ਲੱਖ ਬਿਮਾਰ ਹੋ ਗਿਆ ਸੀਗਾ।
ਤਾਂ ਆ ਹੁਣ ਕਈ ਵੀਰ ਉੱਥੇ ਪੋਸਟਾਂ ਪਾਈ ਜਾਂਦੇ ਨੇ ਕੁੰਡਿਆਂ ਮਾਰ ਕੇ ਕਰਤਾ। ਖੈਰ ਇੱਕ ਦੁੱਖ ਜਿਹੀ ਖੜੀ ਸੀਗੀ, ਹਰ ਇੱਕ ਬੰਦਾ ਟਾਈਮ 'ਤੇ ਪਤਾ ਨਹੀਂ ਲੱਗਦਾ ਹੈਗਾ ਕੀ ਬੋਲ ਜਾਂਦਾ ਕੀ ਬੋਲ ਨਹੀਂ ਬੋਲਦਾ। ਤਾਂ ਮੇਰੀ ਇੱਕ ਬੇਨਤੀ ਆ ਵੀਰੇ, ਜਿਹੜੀਆਂ ਪੋਸਟਾਂ ਗਲਤ ਪਾਉਂਦੇ ਨੇ ਪਹਿਲਾਂ ਉਹ ਕੁੰਡੀ ਦੇਖ ਲਓ, ਤੁਸੀਂ ਮੇਰੇ ਸਰੀਰ 'ਚ ਵੀ ਵਰਤ ਕੇ ਦੇਖ ਲਓ, ਮੇਰੀ ਜਿੱਥੇ ਮਰਜ਼ੀ ਸਰੀਰ 'ਚ ਪਾ ਕੇ ਘੁਮਾ ਦਿਓ। ਜੇ ਉਹਨੇ 1% ਵੀ ਉਹ ਕਿਸੇ ਸਰੀਰ ਦੇ ਅੰਗ ਵਿੱਚ ਫਸ ਜੇ ਤਾਂ ਮੈਂ ਤੁਹਾਡਾ ਦੇਣਦਾਰ ਹਾਂ। ਪਲੀਜ਼ ਵੀਰਿਆਂ ਨੂੰ ਬੇਨਤੀ ਆ ਵੀ ਉਹ ਕੁੰਡੀ ਦਾ ਮੁੱਦਾ ਨਾ ਚੱਕੋ, ਕਿਉਂਕਿ ਉਹਦੇ ਨਾਲ ਮੇਰਾ ਹੌਂਸਲਾ ਟੁੱਟਦਾ। ਕੱਲ੍ਹ ਨੂੰ ਪਰਮਾਤਮਾ ਨਾ ਕਰੇ ਕਿਤੇ ਹੋਰ ਇਹੋ ਜਿਹਾ ਕੰਮ ਹੁੰਦਾ ਤਾਂ ਉੱਥੇ ਮੇਰਾ ਦਿਲ ਨਹੀਂ ਕਰੂਗਾ ਵੀ